ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਚ ਲੰਗਰ ਚਲਾਇਆ ਸੀ। ਪਹਿਲਾ ਲੰਗਰ ਉਹਨਾਂ ਚਲਾਇਆ ਸੀ, ਇੱਕ ਚਬੂਤਰਾ ਬਣਿਆ ਹੋਇਆ ਸੀ, ਉਹਦੇ ਵਿਚਕਾਰ ਪਰਦਾ ਲੱਗਾ ਹੋਇਆ ਸੀ। ਪਰਦੇ ਦੇ ਪਿਛਲੇ ਪਾਸੇ, ਪਰਦੇ ਦੇ ਅੱਗੇ ਸੰਗਤ ਪੈਂਦੀ ਸੀ, ਪਰਦੇ ਦੇ ਪਿਛਲੇ ਪਾਸੇ ਟੱਬ ਰੱਖੇ ਹੋਏ ਸਨ। ਲੋਕੀ ਆਉਂਦੇ ਸਨ ਤੇ ਆ ਕੇ ਰਸਤ ਪਾ ਜਾਂਦੇ ਸਨ। ਦਾਲਾਂ ਵਿੱਚ ਦਾਲ ਪੈ ਜਾਂਦੀ ਸੀ, ਆਟੇ ਚ ਆਟਾ ਪੈ ਜਾਂਦਾ ਸੀ, ਚੌਲਾਂ ਚ ਚੌਲ ਪੈ ਜਾਂਦੇ ਸੀ, ਲੂਣ ਵਿੱਚ ਲੂਣ ਪੈ ਜਾਂਦਾ ਸੀ। ਕਿਸੇ ਨੂੰ ਪਤਾ ਨਹੀਂ ਸੀ ਕੌਣ ਪਾ ਕੇ ਗਿਆ। ਫਿਰ ਉਹ ਲੰਗਰ ਪੱਕਦਾ ਸੀ, ਫਿਰ ਪਰਦਾ ਚੁੱਕ ਦਿੰਦੇ ਸਨ ਤੇ ਸਾਰਿਆਂ ਨੂੰ ਵਰਤਾਇਆ ਜਾਂਦਾ ਸੀ। ਇਹ ਗੁਰੂ ਦਾ ਲੰਗਰ ਸੀ। ਅੱਜ ਅਸੀਂ ਕਹਿੰਦੇ ਹਾਂ ਜੀ ਫਲਾਣੇ ਦੇ ਲੰਗਰ ਕਰਾਇਆ, ਗੱਲ ਖਤਮ ਹੋ ਗਈ। ਲੰਗਰ ਉਦੋਂ ਵੀ ਚੱਲਦਾ ਸੀ, ਬੜਾ ਵਧੀਆ ਚੱਲਦਾ ਸੀ ਲੰਗਰ, ਅੱਜ ਵੀ ਚੱਲਦਾ। ਪਰ ਲੰਗਰ ਅੱਜ ਅਸੀਂ ਕਹਿੰਦੇ ਜੀ ਇਹ ਨਾ ਰਹੋ ਮੇਰਾ, ਮੈਂ ਕਰਾਇਆ। ਇਹ ਮੈਂ ਅਸੀਂ ਗੁਰਮਤ ਦੀ ਗੱਲ ਕਰ ਰਹੇ ਹਾਂ ਨਾ, ਸਾਡੀ ਪ੍ਰੈਕਟਿਸ ਜਿਹੜੀ ਹੈ ਗੁਰਮਤ ਤੋਂ ਬੜੀ ਹਟ ਗਈ ਹੈ। ਇਸ ਪਿੱਛੇ ਇਹਨੂੰ ਨਜ਼ਰ ਵਿੱਚ ਰੱਖੀ। ਅਗਲੀ ਗੱਲ ਹੈ ਜੀ ਨਾਮ ਦਾ, ਬਾਕੀ ਜਿਹੜੀਆਂ ਸਾਡੀਆਂ ਤਿੰਨ ਨਿਊਮੀਨਸ ਐਂਟੀਟੀਜ਼ ਹਨ ਉਹਨਾਂ ਨਾਲ ਕੀ ਰਿਲੇਸ਼ਨਸ਼ਿਪ। ਪਹਿਲਾ ਰਿਲੇਸ਼ਨਸ਼ਿਪ ਹੈ ਨਾਮ ਨਾਲ। ਸੇਵਾ ਚਾਕਰੀ ਕਿਹੋ ਜਿਹੀ? ਇਹ ਸੇਵਿਆ ਚਾਕਰੀ ਨਾਮ ਵਸੇ ਮਨ ਆਏ। ਜੇ ਨਾਮ ਮੇਰੇ ਵਸ ਗਿਆ ਨਾ ਮਨ ਵਿੱਚ ਤੇ ਫਿਰ ਸੇਵਾ ਹੋਈ ਹੈ, ਤੇ ਜੇ ਨਾਮ ਵਸਿਆ ਨਹੀਂ ਤੇ ਫਿਰ ਸੇਵਾ ਨਹੀਂ ਹੋਈ। ਗੁਰ ਸੇਵਾ ਤੇ ਨਾਮ ਪਾਇਆ, ਬਿਨ ਸਤਿਗੁਰ ਕੋਈ ਨਾ ਪਾਵਣਿਆ। ਜੇ ਸਤਿਗੁਰੂ ਦੀ ਸੇਵਾ ਤੋਂ ਨਾਮ ਮਿਲਿਆ ਤੇ ਸਤਿਗੁਰੂ ਦੀ ਸੇਵਾ ਬਿਨਾਂ ਨਾਮ ਹੋਰ ਕੋਈ ਦੇ ਹੀ ਨਹੀਂ ਸਕਦਾ। ਇਹ ਹਉਮੈ ਨੂੰ ਦੂਰ ਕਰਦਾ ਨਾਮ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸਿਆ ਇੱਕ ਥਾਂ, ਦੋਵੇਂ ਇੱਕ ਥਾਂ ਨਹੀਂ ਰਹਿ ਸਕਦੇ। ਜੇ ਹਉਮੈ ਹੋਏ ਤਾਂ ਫਿਰ ਨਾਮ ਹੈ ਨੀ, ਜੇ ਨਾਮ ਹੋਏ ਤਾਂ ਹਉਮੈ ਹੈ ਨੀ। ਫਿਰ ਮਹਾਰਾਜ ਕਹਿੰਦੇ ਕਿ ਮੁਕਤ ਸੇਵੇ ਮੁਕਤਾ ਹੋਵੇ, ਹਉਮੈ ਮਮਤਾ ਸ਼ਬਦੇ ਖੋਵੇ। ਜਿਹੜਾ ਉਸ ਵਾਹਿਗੁਰੂ ਨੂੰ ਮੁਕਤ ਹੋਏ ਨੂੰ ਸੇਵਦਾ ਹੈ ਉਹ ਵੀ ਮੁਕਤ ਹੋ ਜਾਂਦਾ, ਤੇ ਉਹ ਹਉਮੈ ਮਮਤਾ ਸ਼ਬਦ ਸ਼ਬਦ ਦੀ ਕਿਰਪਾ ਨਾਲ ਉਹ ਹਉਮੈ ਤੇ ਮਮਤਾ ਉਹਦੀ ਦੂਰ ਹੋ ਜਾਂਦੀ। ਆਂਦੇ ਹਰ ਜੀ ਉਹ ਸੱਚਾ ਸੇਵੀ ਪੂਰੇ ਭਾਗ ਗੁਰ ਪਾਉਣੇ, ਪੂਰੇ ਭਾਗ ਹੋਣ ਤੇ ਫਿਰ ਗੁਰੂ ਇਹ ਸੇਵਾ ਲਾਉਂਦਾ ਤੇ ਇਹ ਹੁੰਦਾ। ਸ਼ਬਦ ਨਾਲ ਕੀ ਰਿਲੇਸ਼ਨਸ਼ਿਪ? ਹੁਣ ਨਾਮ ਤੇ ਸ਼ਬਦ ਵਿੱਚ ਅੰਤਰ ਜੇ ਬੜੇ ਲੋਕ ਅਸੀਂ ਨਾਮ ਤੇ ਸ਼ਬਦ ਨੂੰ ਇੱਕੋ ਗੱਲ ਸਮਝਦੇ ਹਾਂ, ਦੋਨਾਂ ਚ ਅੰਤਰ ਹੈ। ਅੰਤਰ ਇਹ ਹੈ, ਤੁਹਾਡਾ ਟਰਾਂਸਕ੍ਰਿਪਟ ਕਰਨਾ ਪੈ ਗਿਆ, ਇਜਾਜ਼ਤ ਹੋਵੇ ਤਾਂ ਕਰਨਾ। ਨਾਮ ਇੱਕ ਤੁੱਕ ਆਉਂਦੀ ਹੈ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀ ਹੈ ਕਰ ਆਸਨ ਡਿੱਠੋ ਚਾਉ। ਕਿ ਆਪ ਹੀ ਉਸਨੇ ਆਪਣੇ ਆਪ ਨੂੰ ਬਣਾਇਆ, ਫਿਰ ਆਪਣਾ ਨਾਉ ਰਚਿਆ, ਫਿਰ ਦੂਈ ਕੁਦਰਤ, ਫਿਰ ਦੂਜੀ ਥਾਂ ਤੇ ਉਹਨੇ ਕੁਦਰਤ ਸਾਜੀ ਯੂਨੀਵਰਸ ਬਣਾਇਆ ਦੂਜੀ ਥਾਂ ਤੇ। ਇਹਦਾ ਮਤਲਬ ਕਿ ਵਿੱਚ ਜਿਹੜਾ ਨਾਮ ਸੀ ਉਹਦੇ ਤੇ ਕੁਦਰਤ ਦੇ ਵਿਚਕਾਰ ਦੀ ਅਵਸਥਾ, ਉਹਦੀ ਕ੍ਰੀਏਸ਼ਨ ਤੋਂ ਪਹਿਲਾਂ ਦੀ ਅਵਸਥਾ, ਜਦੋਂ ਸਫੁਰ ਹੋਇਆ ਕਿ ਮੈਂ ਕੁਝ ਬਣਾਉਣਾ, ਤੇ ਬਣਾਉਣ ਵਾਸਤੇ ਸਫੁਰ ਕਿਉਂ ਹੋਇਆ, ਕਾਹਦੇ ਲਈ ਬਣਾਉਣ ਲੱਗਿਆ? ਉਹ ਇੱਕ ਤੁੱਕ ਹੋਰ ਆਉਂਦੀ ਹੈ, ਕਹਿੰਦੇ ਤੁਸ ਦੇਵੇ ਕਰੇ ਪਸਾਓ, ਕਿ ਤਰੁੱਠ ਕੇ ਦੇਣ ਵਾਸਤੇ ਉਹ ਮੇਹਰ ਵਿਚਾਰ ਤੇ ਦੇਣਾ ਚਾਹੁੰਦਾ ਸੀ, ਕਿਉਂਕਿ ਹੀ ਇਜ਼ ਲਵ, ਤੇ ਪਿਆਰ ਜਿਹੜਾ ਉਹ ਦੇਣਾ ਹੀ ਚਾਹੁੰਦਾ। ਪਰ ਕਿਹਨੂੰ ਦੇਵੇ? ਦੇਣ ਵਾਸਤੇ ਉਹਨੇ ਫਿਰ ਸੰਸਾਰੇ ਸਾਰਾ ਪਸਾਰਾ ਉਹਨਾਂ ਨਾਲ, ਤੁੱਠ ਦੇਵੇ ਕਰੇ ਪਸਾਓ, ਤਰੁੱਠ ਕੇ ਦੇਣ ਵਾਸਤੇ ਉਹਨੇ ਸਾਰਾ ਪਸਾਰਾ ਕੀਤਾ। ਹੁਣ ਜਿਹੜਾ ਨਾਮ ਦੀ ਸਿਚੁਏਸ਼ਨ ਹੈ ਨਾ, ਉਹ
ਇਹ ਕੁਦਰਤ ਸਾਜਣ ਤੇ ਉਹਦੇ ਹਾਲੇ ਸਾਜਣ ਦੀ ਉਹਨੂੰ ਕੋਈ ਹਾਲੇ ਖਿਆਲ ਨਹੀਂ ਆ ਇਹਦੇ ਵਿਚਕਾਰ ਦੀ ਅਵਸਥਾ ਇਹਦਾ ਮਤਲਬ ਹੈ ਕਿ ਇਹ ਉਹਦੀ ਕ੍ਰੀਏਟਿਵਿਟੀ ਹੈ ਜਦੋਂ ਉਹ ਕ੍ਰੀਏਟਿਵ ਹੋਇਆ ਉਹਨੂੰ ਨਾਮ ਆਖਦੇ ਉਹਦੇ ਨਾਲ ਹੀ ਸਾਡਾ ਸੰਬੰਧ ਬਣਦਾ ਕਿਉਂਕਿ ਜਦ ਤੱਕ ਸਿਰਜਣਾ ਹੋਈ ਨਹੀਂ ਸੀ ਅਸੀਂ ਵੀ ਕੋਈ ਨਹੀਂ ਸਾਡੇ ਉਹ ਸਾਡੇ ਵਾਸਤੇ ਕੋਈ ਨਹੀਂ ਅਸੀਂ ਆਈ ਨਹੀਂ ਸਾਂ ਜਦੋਂ ਸਿਰਜਣਾ ਹੋਈ ਹੈ ਫਿਰ ਉਹਦਾ ਸੰਬੰਧ ਬਣਿਆ ਇਸ ਪਿੱਛੇ ਨਾਮ ਤੋਂ ਬਾਅਦ ਕਰਤਾ ਕਰਤਾ ਦੇ ਨਾਲ ਫਿਰ ਪੁਰਖ ਇਹ ਨਾਮ ਔਰ ਪੁਰਖ ਦੇ ਵਿਚਕਾਰ ਕਰਤਾ ਇਹ ਇੱਥੇ ਨਾਮ ਦਾ ਇਹ ਅਸਲ ਚ ਇਹਦਾ ਮਤਲਬ ਇਹ ਕਿ ਐਸੈਂਸ ਹੈ ਨਾਮ ਇਸ ਕ੍ਰੀਏਸ਼ਨ ਦਾ ਜਿਹੜੇ ਉਹਦੇ ਅੰਦਰ ਪੈਦਾ ਹੋ ਗਿਆ ਇਹ ਕਰਨਾ ਉਹ ਜਿਹੜਾ ਕੁਆਓ ਸੀ ਨਾ ਉਸ ਤੋਂ ਪਹਿਲਾਂ ਦੀ ਅਵਸਥਾ ਨਾਮ ਇਸੇ ਪਿੱਛੇ ਫਿਰ ਇਹ ਨਾਮ ਔਰ ਸ਼ਬਦ ਨਹੀਂ ਜਿਹੜਾ ਬੋਲੀ ਦਾ ਨਾਮ ਉਹਦੀ ਉਹ ਅਵਸਥਾ ਜਿਹਦੇ ਵਿੱਚ ਉਹ ਫਿਰ ਪਸਰਿਆ ਸਾਰੇ ਸੰਸਾਰ ਵਿੱਚ ਸਾਰੀ ਸਿਰਜਣਾ ਵਿੱਚ ਫਿਰ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਪ੍ਰੇਮ ਇਹ ਨਾਮ ਹੈ ਇਹ ਅਵਸਥਾ ਹੈ ਇਹ ਜਿਹੜਾ ਨਾਮ ਹੈ ਨਾ ਇਹਦਾ ਸੇਵਾ ਨਾਲ ਸੰਬੰਧ ਹੈ ਬੋਲਣ ਵਾਲੇ ਨਾਮ ਦਾ ਨਹੀਂ ਬੋਲਣ ਵਾਲਾ ਜਿਹੜਾ ਉਹ ਸ਼ਬਦ ਹੈ ਸ਼ਬਦ ਜਿਹੜਾ ਹੈ ਉਹ ਫਿਰ ਕਹਿੰਦੇ ਕਿ ਸ਼ਬਦ ਕੀ ਹੈ ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ ਆਪਣੇ ਆਪ ਨੂੰ ਉਹਨੇ ਨਾਮ ਰੂਪ ਵਿੱਚ ਸਤਿਗੁਰੂ ਦੇ ਅੰਦਰ ਰੱਖਿਆ ਤੇ ਸਤਿਗੁਰੂ ਨੇ ਫਿਰ ਸ਼ਬਦ ਰੂਪ ਵਿੱਚ ਉਹਨੂੰ ਪ੍ਰਗਟ ਕੀਤਾ ਗੁਰ ਮੈਂ ਆਪ ਸਮੋਏ ਸ਼ਬਦ ਵਰਤਾਇਆ ਗੁਰ ਵਿੱਚ ਉਹ ਆਪ ਵਰਤਿਆ ਤੇ ਗੁਰੂ ਨੇ ਫਿਰ ਸ਼ਬਦ ਰੂਪ ਹੋ ਕੇ ਉਹਨੂੰ ਵਰਤਾਇਆ ਇਸ ਪਿੱਛੇ ਸ਼ਬਦ ਗੁਰੂ ਹੈ ਨਾਮ ਗੁਰੂ ਨਹੀਂ ਕਿਉਂਕਿ ਗੁਰੂ ਦਾ ਸ਼ਬਦ ਜਿਹੜਾ ਉਹਨੂੰ ਅਸੀਂ ਗੁਰੂ ਕਹਿੰਦੇ ਔਰ ਉਹ ਸਾਡੀ ਉਸ ਲੈਂਗੁਏਜ ਵਿੱਚ ਹੈ ਜਿਹਨੂੰ ਅਸੀਂ ਸਮਝ ਸਕਦੇ ਹਾਂ ਜਿਹੜਾ ਨਾਮ ਹੈ ਉਹ ਪ੍ਰਾਈਮਰੀ ਕਮਿਊਨੀਕੇਸ਼ਨ ਹੈ ਉਹ ਐਕਸਪੀਰੀਐਂਸ਼ਲ ਕਮਿਊਨੀਕੇਸ਼ਨ ਹੈ ਉਹ ਐਕਸਪੀਰੀਅੰਸ ਹੁੰਦਾ ਉਹਦੇ ਲਫ਼ਜ਼ ਕੋਈ ਨਹੀਂ ਹੁੰਦੇ ਉਹਦੇ ਚ ਇਹ ਡਿਫਰੈਂਸ ਹੈ ਇਹਨਾਂ ਦੋਨਾਂ ਵਿੱਚ ਇਸ ਪਿੱਛੇ ਮੈਂ ਥੋੜਾ ਜਿਹਾ ਟ੍ਰਾਂਸਕ੍ਰਿਪਟ ਕਿਉਂਕਿ ਨਾਮ ਉਹਨੇ ਅੰਦਰ ਵਸਾਇਆ ਤੇ ਸ਼ਬਦ ਵਰਤਾਇਆ ਗੁਰੂ ਨੇ ਅੱਛਾ ਸੇਵਾ ਨਾਲ ਫਿਰ ਬੰਦਾ ਸ਼ਬਦ ਹੋ ਜਾਂਦਾ ਉਹ ਸ਼ਬਦ ਦੀ ਟਕਸਾਲ ਵਿੱਚ ਘੜਿਆ ਜਾਂਦਾ ਗੁਰਮੁਖ ਸੇਵਾ ਕਾਰਜ ਕਾਲੀ ਤਿੰਨ ਘੜੀਏ ਸ਼ਬਦ ਸੱਚੀ ਟਕਸਾਲੀ ਸੱਚੀ ਟਕਸਾਲ ਦੇ ਸ਼ਬਦ ਵਾਂਗੂ ਘੜਿਆ ਗਿਆ ਉਹ ਜਿਹੜਾ ਸੇਵਾ ਕਰਦਾ ਗੁਰਮਤ ਦੀ ਸੇਵਾ ਔਰ ਸ਼ਬਦ ਤੇ ਵਿਚਾਰ ਨਾਲ ਵੀ ਸੇਵਾ ਪੈਦਾ ਹੁੰਦੀ ਸੇਵਾ ਸੁਰਤ ਸ਼ਬਦ ਵਿਚਾਰ ਖਾਸ ਕਰ ਜਿਹੜੀ ਸੁਰਤ ਵਾਲੀ ਸੇਵਾ ਉਹਦੀ ਉਹਨੇ ਅੱਗੇ ਗੱਲ ਕਰਾਂਗੇ ਉਹ ਸ਼ਬਦ ਦੇ ਵਿਚਾਰ ਨਾਲ ਹੀ ਪੈਦਾ ਹੁੰਦੀ ਸੇਵਾ ਦਾ ਹੁਕਮ ਨਾਲ ਵੀ ਸੰਬੰਧ ਸੋਈ ਕਮਾਵੇ ਜੇ ਸਾਹਿਬ ਪਾਵੇ ਉਹੀ ਸੇਵਾ ਕਮਾ ਸਕਦਾ ਜਿਹਨੂੰ ਸਾਹਿਬ ਸੇਵਾ ਤੇ ਲਾਉਂਦਾ ਹੁਣ ਸਵਾਲ ਇਹ ਪੈਦਾ ਹੋਣਾ ਕਿਉਂ ਸਾਰਿਆਂ ਨੂੰ ਕਿਉਂ ਨਹੀਂ ਲਾ ਦਿੰਦਾ ਜੇ ਉਹਨੇ ਲਾਉਣੇ ਸਾਰਿਆਂ ਨੂੰ ਕਿਉਂ ਨਹੀਂ ਲਾ ਦਿੰਦਾ ਸਾਨੂੰ ਕਿਉਂ ਵਕਤ ਪਾਇਆ ਹੋਇਆ ਉਹਦੇ ਇਹ ਉਹਦੀ ਖੇਡ ਹੈ ਖੇਡ ਦੇ ਹਮੇਸ਼ਾ ਦੋ ਪਾਸੇ ਹੁੰਦੇ ਔਰ ਦੋ ਪਾਸਿਆਂ ਵਿੱਚ ਚੱਲਣ ਦੇ ਕਾਨੂੰਨ ਵੀ ਬਣਾਏ ਹੁੰਦੇ ਨੇ ਮੇਰੇ ਵਰਗੇ ਫੌਲ ਵੀ ਖੇਡਦੇ ਨੇ ਪਾਸੇ ਦੋ ਹੀ ਹੁੰਦੇ ਨੇ ਫੌਲ ਖੇਡਣ ਵਾਲੇ ਥੋੜਾ ਖਿੱਚਿਆ ਵੀ ਜਾਂਦਾ ਹਾਂਜੀ ਫੌਲ ਫੌਲ ਫੌਲ
Buddy made him pronunciation for a person. Oh man, desi abhimiyam. So, jane foul khel de na, oh na nu, thoda khichaya janda. Par paase doi hunde. Aur baani badi bari hai, paase doi tu banaye. Aur badi mazedar gal hai, japji sahab se roz padhne hai na, starvi body padhi hai. Asankh jap, asankh bhav, asankh puja, asankh taptav, asankh granth mukh ved paath, sari changiyan gala, varya na javaan ek vaar. Atharvi body padhi hai. असंख मूर्ख अंध घोर असंख चोर राम खोर असंख अमर कर जाए जोर असंख गलवड़ हत्या कमाए असंख पापी पकवा फिर वारिया ल जावे एक बार ये जो है तू करे मैं दरअसलाम संत उठे पोप का रिप्रेजेंटेटिव सी ईस्ट अफ्रीका च फादर गोनियो मेरे को आ जाया कर मैंने पूछता भी तुहाडे धर्म विच ईविल दा ऑथर कौन है मैं कहा साडी ईविल दा ऑथर रब आप है कहना यह किस तरह हो सकता ਰੱਬ ਤੇ ਕੋਈ ਇਹੋ ਜਿਹੀ ਗੱਲ ਨਹੀਂ ਕਰਦਾ ਇਹ ਸਾਰਾ ਸ਼ੈਤਾਨ ਕਰਾਉਂਦਾ ਮੈਂ ਕਿਹਾ ਵੀ ਸ਼ੈਤਾਨ ਜਿਹੜਾ ਤੁਸੀਂ ਕਹਿੰਦੇ ਬਣਾਇਆ ਰੱਬ ਨੇ ਆ ਨਾ ਕਹਿੰਦੇ ਹਾਂ ਰੱਬ ਨੇ ਬਣਾਇਆ ਮੈਂ ਕਿਹਾ ਰੱਬ ਓਮਨੀਪੋਟੈਂਟ ਹੈ ਨਾ ਕਹਿੰਦਾ ਹਾਂ ਰੱਬ ਓਮਨੀਪੋਟੈਂਟ ਕਹਿੰਦਾ ਮੈਂ ਉਹਨੂੰ ਮਾਰਦਾ ਜੋ ਨਹੀਂ ਤੇ ਫਿਰ ਉਹਨੇ ਹੀ ਬਣਾਇਆ ਹੋਇਆ ਨਾ ਇਨਡਾਇਰੈਕਟਲੀ ਤੁਸੀਂ ਕਹਿੰਦੇ ਰੱਬ ਨੇ ਕਿ ਬਣਾਇਆ ਅਸੀਂ ਸਿੱਧਾ ਕਹਿੰਦੇ ਉਹਨੇ ਕੋਈ ਬਣਾਉਂਦਾ ਇਹਨਾਂ ਦੋਵੇਂ ਤਰਫਾਂ ਉਪਾਏ ਇਹ ਦੋਵੇਂ ਤਰਫਾਂ ਇਹ ਆਪ ਪਾਉਂਦਾ ਇਸ ਪਿੱਛੇ ਇਹ ਇੱਕ ਖੇਡ ਹੈ ਉਹਦੀ ਇਹਦੇ ਵਿੱਚ ਉਹਨੇ ਮੈਨੂੰ ਪਤਾ ਨਹੀਂ ਚਿੱਟੇ ਘਰ ਵਿੱਚ ਖੜਾ ਕੀਤਾ ਕਿ ਕਾਲੇ ਘਰ ਚ ਖੜਾ ਕੀਤਾ ਮੈਂ ਮੋਹਰਾ ਉਹਦਾ ਜਿੱਥੇ ਮਰਜ਼ੀ ਉਹ ਖੜਾ ਕਰਦਾ